ਜੀ ਗੁਰੂ ਘਰ ਦਾ ਲੰਗਰ ਹਰ ਕਿਸੇ ਵਾਸਤੇ ਹਾਜੀ ਵਾਸਤੇ ਤੁਸੀਂ ਇਹ ਦੇਖੋ ਕਿ ਇੱਥੇ ਹੁਣ ਜਿਹੜੇ ਲੰਗਰ ਦੀ ਸੇਵਾ ਹੈ ਉਹ ਤਮਾਮ ਸੰਗਤ ਮਿਲ ਕੇ ਕਰਦੀ ਹੈ ਔਰ ਲੰਗਰ ਚੱਖਣ ਵਾਲੇ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਬੈਠੇ ਹੋਏ ਨੇ ਉਹ ਤਮਾਮ ਮੁਸਲਿਮ ਨੇ ਔਰ ਲੰਗਰ ਦੀ ਖਾਸ ਗੱਲ ਜਿਹੜੀ ਹੈ ਕਿ ਇੱਥੇ ਜਿਹੜਾ ਲੰਗਰ ਵਰਤਾਇਆ ਜਾਂਦਾ ਉਹ ਇੱਥੇ ਦੀ ਹੀ ਧਰਤੀ ਦਾ ਉੱਗੇ ਹੋਏ ਚੌਲ ਇੱਥੇ ਦੀ ਹੀ ਧਰਤੀ ਦੇ ਉੱਗੀ ਹੋਈ ਕਣਕ ਤੋਂ ਤਿਆਰ ਕੀਤਾ ਜਾਂਦਾ ਅਤੇ ਸਾਡੇ ਮੁਸਲਿਮ ਜੀ ਲੰਗਰ ਵਰਤਾਉਂਦੇ ਹੋਏ ਠੀਕ ਹੈ।